ਭਾਈ ਉਹ ਮੈਂ ਤੋ ਰੋਣਾ ਨਹੀਂ ਆਤਾ ਲੇਕਿਨ ਇਸ ਪਰ ਜ਼ਰੂਰ ਰੋਊਂਗਾ ਮੈਨੂੰ ਜ਼ਰੂਰ ਇਸ ਪਰ ਰੋਣਾ ਆਤਾ ਹੈ ਮੇਰੇ ਹਮਾਰੇ ਲਾਸ਼ੋ ਪੇ ਲਾਸ਼ੇ ਜੋ ਆਪਕੋ ਪਤਾ ਹੈ ਕਿ 80,000 ਸੇ ਜ਼ਿਆਦਾ ਸ਼ਹੀਦ ਕੀਏ ਗਏ ਲੇਕਿਨ ਯਾਦ ਰੱਖੋ ਹਮ ਪਹਿਲੇ ਮੈਨੇ ਕਹਾ ਕਿ ਰੋਣੇ ਕੇ ਆਦੀ ਨਹੀਂ ਹਮਾਰੇ ਬਾਜ਼ਾਰੇ ਮਿਸਮਾਰ ਕਰ ਕੋਈ ਬਾਤ ਨਹੀਂ ਹਮੇ ਆਈਡੀਪੀਸ ਬਣਾਇਆ ਗਿਆ ਕੋਈ ਬਾਤ ਨਹੀਂ ਲੇਕਿਨ ਖੈਸੋਰ ਜੈਸੇ ਵਾਕਿਆਤ ਸੇ ਹਮਾਰੇ ਦਿਲ ਕੋ ਦੁੱਖ ਹੁਆ ਇੰਤਹਾਈ ਦੁੱਖ ਹੁਆ ਔਰ ਲਿਬਾਸ ਹਿਜ਼ਰ ਮੇ ਰਹਿਸਨ ਆਏ ਹੈ ਲਿਬਾਸ ਹਿਜ਼ਰ ਮੇ ਰਹਿਸਨ ਆਏ ਹੈ ਔਰ ਹਯਾਤ ਛੋਟਾ ਬੱਚਾ ਮਾਸੂਮ ਬੱਚਾ ਕਹਿਤਾ ਹੈ ਕਿ ਮੇਰੇ ਬਾਪ ਕੋ ਉਠਾਇਆ ਮੇਰੇ ਬਹਿਨ ਭਾਈ ਕੋ ਉਠਾਇਆ ਔਰ ਫਿਰ ਸਿਕਿਉਰਿਟੀ ਕਾ ਜ਼ਿੰਮੇਦਾਰ ਅਫੀਸਰ ਮੇਰੇ ਘਰ ਕੇ ਚਾਰ ਦੀਵਾਰੀ ਔਰ ਚਾਦਰ ਕੋ ਪਾਮਾਲ ਕਰਦੇ ਹੋਏ ਆਈਨ ਕੋ ਪਾਮਾਲ ਕੀਆ ਗਿਆ ਹੈ ਔਰ ਵਹਾਂ ਮੇਰੀ ਮਾਂ ਔਰ ਬਹਿਨੋਂ ਕੋ ਵੋ ਸਾਹਮਣੇ ਬਿਠਾਤੇ ਹੈ ਔਰ ਫਿਰ ਨਾਜਾਇਜ਼ ਮੁਤਾਲਬੇ ਕਰਤੇ ਹੈ ਭਾਈਓ ਮੈਂ ਤੋ ਰੋਣਾ ਨਹੀਂ ਆਤਾ ਲੇਕਿਨ ਇਸ ਪਰ ਜ਼ਰੂਰ ਰੋਊਂਗਾ ਮੈਨੂੰ ਜ਼ਰੂਰ ਇਸ ਪਰ ਰੋਣਾ ਆਤਾ ਹੈ ਮੇਰੇ ਤਮਾਮ ਕਬਾਇਲ ਆਜ ਪੂਜ ਕੇ ਰਾਨ ਸੁਰੋਲਾਤੇ ਇਸ ਪਰ ਕੋਈ ਸ਼ੱਕ ਨਹੀਂ कि हमारे कबायलियों के साथ बड़ा जुल्म हुआ है इसके लिए ये ईमान एक कमेटी जरूर तश्कील करे उसमें कबायली नुमाइंदगान बेशक ट्रेजरी बैंक के नुमाइंदे हो लेकिन कबायल उसमें जरूर शरीक करे कि खैसोर शरीफ में जो वाकया हुआ है जो जुल्म हुआ है शिमाली वजीरिस्तान पहले से तबाह किया गया था आज हमारी इज्जतों को लूटा गया है तो ये मेरे ख्याल में साहिवाल से भी ज्यादा काबिल मुसम्मत है क्योंकि वो तो शहादत है यहाँ इज्जत का मसला है तो हमारे इज्जतों को अगर इस तरह आप ताराज करते हैं तो याद रखो मजीद सबर का पैमाना लबरेज हो जाएगा।